ਇਹ ਪਿੰਡ ਅਨੋਖਾ ਹੈ। ਅਨੋਖਾ ਇਸ ਲਈ ਕਿਉਂਕਿ ਇੱਥੋਂ ਦੇ ਵਾਸੀ ਵਿਲੱਖਣ ਨੇ। ਉਹ ਪਤੀ ਹਨ, ਜਵਾਈ ਹਨ ਅਤੇ ਸਾਰੇ ਦੇ ਸਾਰੇ ਘਰ ਜਵਾਈ ਹਨ। ਤਾਂ ਹੀ ਤਾਂ ਇਸ ਪਿੰਡ ਦਾ ਨਾਂ ਹੈ ਜਮਾਈ ਪਾਰਾ। ਝਾਰਖੰਡ ਦੇ ਸਰਾਏ ਕੇਲਾ ਜ਼ਿਲ੍ਹੇ ਵਿੱਚ ਅਦਿੱਤੇਪੁਰ ਨਗਰ ਨਿਗਮ ਅਤੇ ਉਦਯੋਗਿਕ ਖੇਤਰ ਦੇ ਨੇੜੇ ਆਸੰਗੀ ਅਤੇ ਬਰਗੀੜਹੀ ਪਿੰਡ ਦੇ ਵਿਚਕਾਰ ਪਿੰਡ ਦੀ ਪਛਾਣ ਹੈ ਇੱਥੋਂ ਦੇ ਜਵਾਈ। ਜਮਾਈ ਪਾੜਾ ਨਾਮ ਹੈ। ਇਹਾਂ ਸਭ ਜਮਾਈ ਲੋਕ ਵੀ ਨੌਕਰੀ ਕੇ ਲਈ ਯਹਾਂ ਬੈਠ ਗਿਆ, ਰੋਜ਼ੀ ਰੋਜ਼ਗਾਰ ਕੇ ਲਈ। ਕੁਝ ਆਸੰਗੀ ਔਰ ਬਰਗੀੜੀ ਕਾ ਬੀਚ ਮੇ ਇੱਕ ਜਮਾਈ ਪਾੜਾ ਬਸਤੀ ਬੋਲੇ ਹੈ। ਇਹ ਜਮਾਈ ਪਾੜਾ ਜੋ ਹੈ ਇਸਮੇ ਜਮਾਏ ਲੋਕ ਜ਼ਿਆਦਾ ਹੈ, ਹੈ ਕਿ ਦੋਨੋਂ ਗਾਂਵ ਕਾ ਜੋ ਹੈ ਜਮਾਈ ਲੋਕ ਆਪਣਾ ਕੋਈ ਦਾਨ ਮੇ ਵੀ ਦਿਆ ਹੁਆ ਹੈ ਸਸੁਰ ਲੋਕ ਔਰ ਕੋਈ ਖਰੀਦ ਕੇ ਵੀ ਯਹਾਂ ਜਮਾਈ ਲੋਕ ਬੈਠਾ, ਇਸੀ ਲਈ ਜਮਾਈ ਪਾੜਾ ਬੋਲਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸਾਲ 1967 ਵਿੱਚ ਜਦੋਂ ਬਹੁਤ ਵੱਡਾ ਕਾਲ ਪਿਆ ਸੀ ਉਸ ਵੇਲੇ ਚੰਗਾ ਮੀਂਹ ਅਤੇ ਖੁਸ਼ਹਾਲੀ ਲਈ ਕਿਸੇ ਪੁਜਾਰੀ ਨੇ ਜਵਾਈ ਨੂੰ ਜ਼ਮੀਨ ਦਾਨ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ 3 ਦਹਾਕੇ ਪਹਿਲਾਂ ਜਦੋਂ ਖੇਤਰ ਵਿੱਚ ਉਦਯੋਗਿਕ ਵਿਕਾਸ ਦੀ ਲਹਿਰ ਆਈ ਤਾਂ ਕੰਮ ਧੰਦੇ ਕਾਰਨ ਕਈ ਲੋਕ ਵਿਆਹ ਤੋਂ ਬਾਅਦ ਇੱਥੇ ਹੀ ਰਹਿਣ ਲੱਗ ਪਏ। ਕੁਛ ਨਹੀਂ ਹਮ ਲੋਕ ਕਾ ਤੋ ਯਹਾਂ ਆਕਰ ਖਟ ਰਹਾ ਹੈ ਫੈਕਟਰੀ ਸੇ ਔਰ ਖਾਤੇ ਹੈ ਆਜ ਜ਼ਮੀਨ ਜਗ੍ਹਾ ਖਰੀਦ ਕਰ ਲਿਆ। ਸਾਲ ਹੋ ਰਹਾ ਹੈ ਬਸਤੀ ਕਾ ਆਜ ਬਨ ਕੇ ਆਜ ਤੱਕ ਖਾਲੀ ਤਾਂ ਸਭ ਜਮਾਈ ਲੋਕ ਆ ਕੇ ਯਹਾਂ ਬੈਠਾ ਹੁਆ ਹੈ। 20 ਸਾਲ ਪਹਿਲੇ ਯਹਾਂ ਕਾ ਜਮਾਈ ਲੋਕ ਯਹਾਂ ਇੰਡਸਟਰੀ ਇਤਨਾ ਬੜੀਆ ਚੱਲ ਰਹੀ ਥੀ ਉਸ ਟਾਈਮ ਤੋ ਯਹਾਂ ਕਾ ਜਮਾਈ ਲੋਕ ਯਹਾਂ ਆ ਕੇ ਬਸ ਗਏ। ਯਹਾਂ ਸ਼ਾਦੀ ਵੀ ਕੁਛ ਯਹਾਂ ਕੀ ਔਰ ਜਮਾਈ ਹੋ ਗਏ। ਯਹਾਂ ਇਤਨਾ ਜਮਾਈ ਬੈਠ ਗਏ, ਯਹਾਂ ਘਰ ਬਣਾ ਲੀਏ, ਸਸੁਰਾਲ ਸੇ ਘਰ ਵੀ ਬਣਾ ਕੇ ਦੀਏ ਤੋ ਯਹਾਂ ਪਰ ਜਮਾਈ ਪਾੜਾ ਨਾਮ ਪੜ ਗਿਆ। ਪਿਛਲੇ ਕੁਝ ਸਾਲਾਂ ਵਿੱਚ ਪਿੰਡ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਘਰ ਜਵਾਈ ਰਹਿੰਦੇ ਨੇ। ਹਾਲਾਂਕਿ ਹੌਲੀ ਹੌਲੀ ਇਸ ਛੋਟੇ ਪਿੰਡ ਦੀ ਆਬਾਦੀ ਹੁਣ ਸਿਰਫ 150 ਤੱਕ ਹੀ ਸੀਮਤ ਰਹਿ ਗਈ ਹੈ। ਅਜੋਕੇ ਯੁੱਗ ਵਿੱਚ ਭਾਵੇਂ ਘਰ ਵਿੱਚ ਜਵਾਈ ਨੂੰ ਚੰਗੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ, ਪਰ ਅਸੰਗੀ ਅਤੇ ਬਰਗੀੜੀ ਪਿੰਡ ਦੇ ਲੋਕਾਂ ਨੇ ਇਸ ਉਦੇਸ਼ ਲਈ ਇਸ ਪਰੰਪਰਾ ਨੂੰ ਸ਼ੁਰੂ ਕੀਤਾ ਉਹ ਕਾਬਲੇ ਤਾਰੀਫ ਹੈ। ਆਖਰ ਘਰ ਵਿੱਚ ਪਰਿਵਾਰ ਨੂੰ ਵਸਾਉਣ ਅਤੇ ਪਿੰਡ ਦੇ ਵਿਕਾਸ 'ਚ ਜਵਾਈ ਦਾ ਯੋਗਦਾਨ ਹੋਵੇ ਤਾਂ ਉਸ 'ਚ ਇਤਰਾਜ਼ ਹੀ ਕੀ ਹੈ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.